ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ ਪਲੀਜ਼। ਜੀ ਡਾਕਟਰ ਸਾਹਿਬ, ਸਾਡੇ ਕੋਲ ਪਹਿਲੀ ਈਮੇਲ ਆਈ ਹੈ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ TV84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਆਪ ਜੀ ਨੇ ਇਹ ਕਹਾਣੀ ਪੜ੍ਹੀ ਜਾਂ ਸੁਣੀ ਤੇ ਹੋਵੇਗੀ ਕਿ ਮਦ ਭਾਗਵਤ ਮਹਾਪੁਰਾਣ ਦੇ ਵਿੱਚ ਪੰਨਾ ਨੰਬਰ 898 ਉੱਤੇ ਲਿਖੀ ਹੋਈ ਹੈ, ਜਿਵੇਂ ਕਿ ਦੇਵਤੇ ਅਤੇ ਰਾਕਸ਼ਾਂ ਨੇ ਸਮੁੰਦਰ ਮੰਥਨ ਕਰਕੇ 14 ਰਤਨ ਕੱਢੇ ਸੀ, ਜਿਸ ਵਿੱਚ 14ਵਾਂ ਰਤਨ ਅੰਮ੍ਰਿਤ ਨਿਕਲਿਆ ਸੀ, ਜਿਸ ਦੇ ਕਰਕੇ ਦੇਵਤਿਆਂ ਅਤੇ ਰਾਕਸ਼ਾਂ ਵਿੱਚ ਜੰਗ ਸ਼ੁਰੂ ਹੋਣ ਵਾਲਾ ਸੀ। ਅਤੇ ਉਸੇ ਟਾਈਮ ਬ੍ਰਾਹਮਣ ਦੇਵਤਾ ਵਿਸ਼ਨੂੰ ਆਪਣੇ ਸੰਗੀ ਸਾਥੀ ਸੰਕਰ ਅਤੇ ਬ੍ਰਾਹਮਣ ਅਤੇ ਹੋਰ ਸਾਰੇ ਦੇਵਤਿਆਂ ਨੂੰ ਆਪਣੇ ਕੋਲ ਬੁਲਾ ਕੇ ਕਹਿੰਦੇ, ਇਸ ਵਾਰ ਕਾਲ ਦੀ ਕਿਰਪਾ ਰਾਕਸ਼ਾਂ ਉੱਤੇ ਹੈ, ਜਦੋਂ ਤੱਕ ਕਾਲ ਦੀ ਕਿਰਪਾ ਸਾਡੇ ਵੱਲ ਆਵੇ ਉਦੋਂ ਤੱਕ ਤੁਸੀਂ ਰਾਕਸ਼ਾਂ ਨਾਲ ਮੇਲ ਮਿਲਾਪ ਕਰ ਲਵੋ, ਕਿਉਂਕਿ ਕਿਸੇ ਵੀ ਵੱਡੀ ਕਾਮਯਾਬੀ ਨੂੰ ਫੇਲ ਕਰਨਾ ਹੋਵੇ ਤਾਂ ਸੰਧੀ ਕਰ ਲੈਣੀ ਚਾਹੀਦੀ ਹੈ, ਅਤੇ ਉਸ ਤੋਂ ਬਾਅਦ ਆਪਣਾ ਕੰਮ ਪੂਰਾ ਹੋਣ ਤੋਂ ਬਾਅਦ ਭਾਵੇਂ ਤੁਸੀਂ ਉਹਨਾਂ ਨੂੰ ਚੂਹੇ ਅਤੇ ਸੱਪ ਸਮਝ ਕੇ ਰਗੜ ਦੇਵੋ। ਡਾਕਟਰ ਸਾਹਿਬ, ਇਸੇ ਤਰ੍ਹਾਂ ਵਿਸ਼ਨੂੰ ਦੇ ਪੁੱਤਰ ਬ੍ਰਾਹਮਣ ਨੇ ਸਿੱਖ ਕੌਮ ਦੇ ਨਾਲ 1947 ਨੂੰ ਸੰਧੀ ਕੀਤੀ ਸੀ, ਉਸ ਤੋਂ ਬਾਅਦ ਬ੍ਰਾਹਮਣਾਂ ਨੇ ਸਿੱਖਾਂ ਦੇ ਨਾਲ ਬਾਅਦ ਵਿੱਚ ਕੀ ਕੁਝ ਕੀਤਾ ਆਪ ਸਭ ਜਾਣਦੇ ਹੀ ਹੋ ਕਿ ਬ੍ਰਾਹਮਣ ਦੀ ਇੱਕ ਇੱਕ ਖੂਨ ਦੀ ਬੂੰਦ ਵਿੱਚ ਗੱਦਾਰੀ ਭਰੀ ਹੋਈ ਹੈ। ਡਾਕਟਰ ਸਾਹਿਬ ਜੀ, ਆਪ ਜਾਣਦੇ ਹੋ ਕਿ ਆਪਣੀ ਪੂਰੀ ਸਿੱਖ ਕੌਮ ਅਤੇ ਸਨੇ ਹਿੰਦੂਆਂ ਨੂੰ ਬੇਨਤੀ ਹੈ ਕਿ ਜੇਕਰ ਸਾਰੇ ਵੀਰ ਭੈਣਾਂ ਬ੍ਰਾਹਮਣ ਦੇ ਅੰਦਰ ਦੀ ਗੱਦਾਰੀ ਨੂੰ ਪਹਿਚਾਨਣਾ ਚਾਹੁੰਦੇ ਹੋ ਤਾਂ ਮਹਾਰਾਸ਼ਟਰ ਦੇ ਸੰਤ ਜੋਤੀ ਤਿਵਾ ਫੁੱਲੇ ਦੀ ਲਿਖੀ ਹੋਈ ਕਿਤਾਬ ਗੁਲਾਮ ਗਿਰੀ ਅਤੇ ਡਾਕਟਰ BR ਅੰਬੇਦਕਰ ਦੀ ਲਿਖੀ ਕਿਤਾਬ ਜ਼ਰੂਰ ਪੜ੍ਹ ਲੈਣਾ। ਡਾਕਟਰ ਸਾਹਿਬ ਜੀ, ਖਾਲਿਸਤਾਨ ਦੀ ਮੂਵਮੈਂਟ ਤਕਰੀਬਨ 99% ਕਾਮਯਾਬ ਹੋ ਚੁੱਕੀ ਹੈ। ਇਸ ਲਹਿਰ ਨੂੰ ਫੇਲ ਕਰਨ ਦੇ ਲਈ ਸ਼ੈਤਾਨ ਬ੍ਰਾਹਮਣ ਹਰ ਤਰੀਕੇ ਹੱਥ ਕੰਡੇ ਅਪਣਾਉਣਗੇ। ਇਸ ਸ਼ੈਤਾਨ ਦੇ ਉੱਤੇ 0% ਵੀ ਯਕੀਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਬ੍ਰਾਹਮਣ ਨੇ ਭਾਰਤ ਦੇ ਮੂਲ ਨਿਵਾਸੀਆਂ ਦੇ ਨਾਲ 5000 ਸਾਲ ਤੋਂ ਲਗਾਤਾਰ ਧੋਖਾ ਕਰ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਇਸ ਬ੍ਰਾਹਮਣ ਸ਼ੈਤਾਨ ਗਿਰਗਟ ਨੇ ਧੋਖਾ ਹੀ ਦੇਣਾ ਹੈ, ਕਿਉਂਕਿ ਇਸ ਦੇ ਖੂਨ ਵਿੱਚ ਗੱਦਾਰੀ ਹੈ। ਅਸੀਂ ਪੂਰੀ ਸਿੱਖ ਕੌਮ ਨੂੰ ਬੇਨਤੀ ਕਰਾਂਗੇ ਕਿ ਸਾਰੇ ਵੀਰ ਭੈਣਾਂ ਮਿਲ ਕੇ ਆਪਣੇ ਉੱਤੇ ਪੂਰਾ ਵਿਸ਼ਵਾਸ ਕਰਕੇ ਪੂਰੀ ਇਮਾਨਦਾਰੀ ਨਾਲ ਥੋੜਾ ਹੋਰ ਸਟਰੋਂਗ ਹੋ ਕੇ ਤੁਰੋ, ਕਿਉਂਕਿ ਸਾਡੀ ਜਿੰਦ ਅਤੇ ਜਾਨ ਖਾਲਿਸਤਾਨ ਹੈ ਜੀ। ਖਾਲਿਸਤਾਨ ਜਿੰਦਾਬਾਦ, TV84 ਜਿੰਦਾਬਾਦ। ਜੀ ਡਾਕਟਰ ਸਾਹਿਬ, ਜਿੰਦਾਬਾਦ, 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 ਜਿੰਦਾਬਾਦ ਜੀ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹ ਸਾਨੂੰ ਹਿੰਦੂ ਇਤਿਹਾਸ ਦੀਆਂ ਕਹਾਣੀਆਂ ਇੱਕ ਵਾਰ ਫਿਰ ਯਾਦ ਵੀ ਕਰਵਾ ਦਿੰਦੇ ਨੇ, ਪਰ ਉਹਨਾਂ ਚੋਂ ਇਹ ਲੈਸਨ ਡਰਾਈਵ ਕਰਦੇ ਨੇ ਜੀ। ਜਿਵੇਂ 2 ਦਿਨ ਪਹਿਲਾਂ ਵਿਚਾਰ ਦੇ ਵਿੱਚ ਇਸ ਕਿਸਮ ਦੀ ਇੱਕ ਲਿਖਤ ਸੀ, ਔਰ ਉਹਦੇ 'ਚ ਮੈਂ ਕਿਹਾ ਸੀ ਕਿ ਇੱਕ ਸੱਜਣ ਨੇ ਸਾਨੂੰ, ਸਿਆਣੇ ਬੰਦੇ ਚੰਡੀਗੜ੍ਹ 'ਚ, ਉਹਨਾਂ ਨੇ ਕਿਹਾ ਜੇ ਇਹਨਾਂ ਦੇ ਨਾਲ ਲੜਨਾ ਤਾਂ ਮਹਾਭਾਰਤ ਪੁਰਾਣ ਪੜ੍ਹੋ ਜੀ। ਹੁਣ ਅੱਜ ਉਹਨਾਂ ਨੇ ਜਿਹੜਾ, ਕਿਉਂਕਿ ਇਹ ਸ਼੍ਰੀ ਮਦ ਭਾਗਵਤ ਜਿਹੜਾ ਮਹਾਪੁਰਾਣ ਹੈ, ਕਿਉਂਕਿ ਜਿਹੜੇ ਸ਼ਾਇਦ 22 ਪੁਰਾਣ ਨੇ ਜਾਂ 18 ਨੇ, ਮੈਨੂੰ ਯਾਦ ਨਹੀਂ ਹੈ ਜੀ, ਉਹਨਾਂ 'ਚ ਇਹ ਇੱਕ ਮੇਨ ਹੈ, ਔਰ ਇਹਦੇ 'ਚ ਹੀ ਇਹ ਕਹਾਣੀ ਜਿਹੜੀ, ਔਰ ਕਈ ਵਾਰ ਐਜ਼ ਏ ਰੈਫਰੈਂਸ ਮਟੀਰੀਅਲ ਗੁਰੂ ਗ੍ਰੰਥ ਸਾਹਿਬ 'ਚ ਵੀ ਇਸਤੇਮਾਲ ਕੀਤਾ ਹੈ ਇਸ ਨੂੰ, ਕਿ ਇਹਨਾਂ ਦਾ ਇਹ ਹੈ ਕਿ ਜੀ ਜਿਹੜਾ ਜਿਹੜਾ ਸਮੁੰਦਰ ਹੈ ਉਸ ਨੂੰ ਦਾ ਮੰਥਨ ਕੀਤਾ ਗਿਆ, ਸ਼ੇਸ਼ਨਾਗ ਜਿਹੜਾ ਉਹਦੀ ਰੱਸੀ ਬਣਾਈ ਗਈ, ਉਹਨੂੰ ਜਦੋਂ ਰਿੜਕਿਆ ਗਿਆ, ਇੱਕ ਪਾਸੇ ਦੇਵਤੇ ਸੀ, ਰਾਕਸ਼ਸ ਸੀ, ਸਾਰੇ ਰਲ ਕੇ ਹੀ ਰਿੜਕ ਰਹੇ ਸੀ, ਸੰਧੀ ਵੀ ਇਹ ਹੋਈ ਕਿ ਵੀ ਜੋ ਮਿਲੇਗਾ, ਜੋ ਨਿਕਲੇਗਾ ਸਮੁੰਦਰ ਚੋਂ ਮਿਲ ਕੇ ਵੰਡਾਂਗੇ। ਲੇਕਿਨ ਜਿਹੜੇ ਅਖੌਤੀ ਦੇਵਤੇ ਸੀ, ਔਰ ਕਿਉਂਕਿ ਬਹੁਤੇ ਹੁਣ ਬ੍ਰਾਹਮਣ ਦੇਵਤੇ ਹੀ ਨੇ, ਇਹਨਾਂ ਦੀਆਂ ਹੀ ਕਹਾਣੀਆਂ ਨੇ, ਸਾਰੇ ਦੇਵਤੇ ਵੀ ਸ਼ਿਵਜੀ, ਵਿਸ਼ਨੂੰ, ਬ੍ਰਹਮਾ ਇਹਨਾਂ ਦੇ ਹੀ ਬਣਾਏ ਹੋਏ ਨੇ, ਅੱਗੋਂ ਪੁਰਾਣਾ 'ਚ ਕਿੰਨੇ 33 ਕਰੋੜ ਬਣਾ ਦਿੱਤੇ ਨੇ। ਸੋ ਕੁੱਲ ਮਿਲਾ ਕੇ ਕਹਾਣੀ ਦਾ ਤੱਤ ਸਾਰ ਇਹ ਹੈ ਕਿ ਵੀ ਜਿਹੜੇ 14 ਰਤਨ ਨਿਕਲੇ ਉਹਨਾਂ ਦੇ ਵਿੱਚ ਜਿਹੜਾ ਜਦੋਂ ਵੰਡ ਦੀ ਗੱਲ ਆਈ ਤੇ ਜਿਹੜਾ ਅੰਮ੍ਰਿਤ ਸੀ, ਹੁਣ ਉਹਨਾਂ ਨੇ ਦੇਖਿਆ ਵੀ ਜੇ ਰਾਕਸ਼ਸ ਪੀ ਗਏ ਤੇ ਉਹ ਮਰਨਗੇ ਹੀ ਨਹੀਂ। ਫਿਰ ਲੰਬੀ ਚੌੜੀ ਕਹਾਣੀ ਹੈ ਕਿ ਕਿਵੇਂ ਉਹਨਾਂ ਨੂੰ ਪਹਿਲਾਂ ਸ਼ਰਾਬ ਰਤਨ ਨਿਕਲਿਆ, ਫਿਰ ਉਹਨਾਂ ਨੇ ਕਿਵੇਂ ਵਿੱਚੋਂ ਇੱਕ ਮੋਹਣੀ ਨਿਕਲੀ, ਮਾਇਆ ਕੋਈ ਹੋਰ, ਇਸ ਕਿਸਮ ਦੇ ਕਈ ਕੁਛ ਬਣਾ ਬਣੂ ਕੇ। ਪਰ ਕਹਾਣੀ ਇਹ ਹੀ ਹੈ ਕਿ ਵੀ ਇਹਨਾਂ ਦਾ ਜਦੋਂ ਇਹ ਸ਼ੁਰੂਆਤੀ ਦੌਰ ਦੇ ਵਿੱਚ ਰਾਕਸ਼ਾਂ ਨੂੰ ਇਹਨਾਂ 'ਤੇ ਸ਼ੱਕ ਪੈਣਾ ਸ਼ੁਰੂ ਹੋਇਆ, ਜਾਂ ਇਹ ਕਹੋ ਜੀ ਉਹਨਾਂ ਦੀ ਚੜ੍ਹਤ ਸੀ, ਜਦੋਂ ਕਹੋ ਜੀ ਕਿ ਕਾਲ ਦੀ ਕਿਰਪਾ, ਤੇ ਉਦੋਂ ਵਿਸ਼ਨੂੰ ਨੇ ਇਹਨਾਂ ਨੂੰ ਐਡਵਾਈਜ਼ ਕੀਤਾ, ਜਿਹੜੀ ਗੱਲ ਮੇਘਰਾਜ ਸਿੰਘ ਕਹਿਣਾ ਚਾਹੁੰਦੇ ਨੇ ਕਿ ਭਾਈ ਤੁਸੀਂ ਇਸ ਵੇਲੇ ਨਾ ਇਹਨਾਂ ਦੇ ਨਾਲ ਸੰਧੀ ਕਰ ਲਓ, ਫਿਰ ਜਦੋਂ ਮੌਕਾ ਆਏਗਾ ਉਦੋਂ ਇਹਨਾਂ ਦੀ ਪਿੱਠ 'ਚ ਛੁਰਾ ਮਾਰਿਓ, ਅਜੇ ਇਹਨਾਂ ਨੂੰ ਵਸਾ ਪੈਦਾ ਕਰੋ, ਇਹਨਾਂ 'ਚ ਟਰੱਸਟ ਕਰੋ, ਫਿਰ ਵਸਾ ਕੇ ਮਾਰਿਓ ਜੀ। ਸੋ ਉਹਨਾਂ ਨੇ ਇਹ ਕਹਾਣੀ ਕਹਿ ਕੇ ਕਿਹਾ ਕਿ ਜੀ ਇਹੀ ਕੁਛ ਇਹਨਾਂ ਨੇ ਸਿੱਖਾਂ ਨਾਲ ਕੀਤਾ।
47 तक सानू वड्डे पाई खड़कतारी बां इधर उधर जिवें तुसी कहोगे जी संविधान उदां दा ही बना देंगे और जो ही इन्हां दे हाथ च पावर आई तो फिर इन्होंने सानू क्रिमिनल ट्राइब बना दिता जिहड़ा ऐलान कर दिता कि भाई ये तो अपराधक वृत्ति वाला कबीला है और उन्होंने ये कहा कि भी यही पार्ट अल्टीमेटली इन्होंने जो देवत्या राक्षसों की कहानी है ये कुछ इन्हों की रेस जी कि आरियन सी इन्होंने इतों के मूल निवासियों नाल कीता दलतों नाल कीता आदिवासियों नाल कीता पहले सैक्शन च इस टच किया और उन्होंने ये कहा कि भी जे इन्हों दिया इन्होंने चालों नू समझना है तो महाराष्ट्र के एक बड़े व्डे संत जे रेवोल्यूशनरी संत से को माड़ा फेर नड़े नहीं वो ज्योतिबा फूले सी जिन्होंने इनफैक्ट डॉक्टर बी आर अंबेदकर उन्होंने भी इंसपायर किया और इन्होंने भी ये कहा भी इन्होंने दोनों दिया तुसी जे किताबां पढ़ोगे फिर समझ आएगी कि किस हद तक गए और इस तरह एक दलित स्कॉलर की किताब भी है कि दलित लोग नीच किवें बने जी। हालां कई बार मैं ये देखदा कि भी कई दलित स्कॉलर भी टू एक्सट्रीम चले जाते हैं लेकिन जो है जे तुसी बहुत ज़्यादा एग्जैजरेट ना भी करो किसी चीज़ नूं जस्ट फैक्ट्स नूं ही देखो तो फिर भी ब्राह्मणवाद का जालम चेहरा जिन्हों गुरु नानक साहब ने हाथ छुरी जगत कसाई फरमाया सी कि इन्हां दे हाथ छुरी है तो बुचर ऑफ द वर्ल्ड और जिथे गुरु ग्रंथ साहब जिन्हों का जिक्र आया नाल छुरी का है नाल ब्लड का कि भी किस हद तक ये जाते हैं और अखीर च मेघराज सिंह जी ने खालिस्तान दे विच अपना जिथे भरोसा प्रगटाया उत्थे कौम नूं भी ये बेनती की है कि स्ट्रगल साडी कामयाबी दे नेड़े पहुंचन वाली है हिम्मत रखो हौसला रखो उत्साह रखो और ईमानदारी दे नाल इस रस्ते दे उत्ते पेशकदमी करो। सो असीं इन्हां दा बहुत बहुत शुक्रिया अदा करते हैं कि ये सानू लिखते रहिंदे ने और सानू बड़ियां दिलचस्प कहानियां भी जिहड़ियां ने इन्हां दियां कढ कढ के नहीं मैं तो खैर पढ़िया मेरे लई तां रिमाइंडर हो जांदा जरा अदरवाइज तां समुंदर मंथन दे उत्ते तां बहुत सारा लिटरेचर इन्हां दा है ड्रामे बने हुए ने इहदे। हां 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 बेचारा ओह जिहड़ा शेषनाग है मन तो हुंदा वी सिरी उहदी इक पासे है पूंछ इक पासे है उहनूं खिच्चिया टुट्टी नहीं उहनां ने ऐसा मंथन कीता ऐसे नाग दी पक्की पूंछ है इतने जो तुम किसी की पूछ बहुती खिंचो तो पूछ विचों ही हाथ चाह जाए तो लेकिन देख लो भी शेषनाग कितना मजबूत है जी। डॉक्टर साहब बिल्कुल इस नाल ने ब्रेक व्यूअर्स दिसना इस ना बने रहो मिलते हैं छोटे जे ब्रेक तो बाद।